ਇਹ ਜਿਹੜਾ ਖਾਨਦਾਨ ਨੇ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਹਿੰਦੂ ਸੀ, ਇਹਨਾਂ ਨੂੰ ਜ਼ਮੀਨ ਦੇ ਦਿੱਤੀ ਮੁਸਲਮਾਨ ਰਾਜਿਆਂ ਨੇ। ਏਦਾਂ ਉਦੋਂ ਧਰਮ ਤਬਦੀਲ ਹੁੰਦੇ ਸਨ, ਉਹਨੇ ਮੁਰੱਬੇ ਦਿੱਤੇ, 12 ਪਿੰਡ ਕਹਿੰਦਾ ਕੋਈ, 22 ਪਿੰਡ ਕਹਿੰਦਾ ਬਾਈਆ, ਔਰ ਇਹ ਜਿਹੜੇ ਪਿੰਡ ਇਹ 25 ਰਾਜਪੂਤਾਂ ਤੋਂ, ਫਿਰ ਇਹ ਰਾਏ ਭੋਏ ਸੀ ਜਿਹੜਾ ਇਹ ਮੁਸਲਮਾਨ ਬਣ ਗਿਆ। ਇਹਨੇ ਜਦੋਂ ਰਾਏ ਭੋਏ ਦੀ ਤਲਵੰਡੀ ਵਸਾਈ ਨਾ, ਗੁਰੂ ਨਾਨਕ ਦੇਵ ਜੀ ਦਾ ਅਸਲੀ ਪਿੰਡ ਕਿਹੜਾ ਸੁਣਿਓ, ਅਸਲੀ ਪਿੰਡ ਨਹੀਂ ਰਾਏ ਭੋਏ ਦੀ ਤਲਵੰਡੀ ਮਹਾਰਾਜ ਦਾ, ਮਹਾਰਾਜ ਦਾ ਅਸਲੀ ਪਿੰਡ ਹੈ ਫਤਿਹਾਬਾਦ, ਮਾਝੇ ਦੀ ਧਰਤੀ ਦੇ ਨਗਰ ਸੁਣਿਆ ਹੋਣੇਗਾ, ਉਹਦੇ ਲਾਗੇ ਜਾਮਾ ਰਾਏ ਪੱਠੇ ਪਿੰਡ, ਔਰ ਉਹ ਪਿੰਡ ਨੂੰ ਅੱਜ ਡੇਰਾ ਸਾਹਿਬ ਕਿਹਾ ਜਾਂਦਾ। ਉਹ ਜਿਹੜਾ ਡੇਰਾ ਸਾਹਿਬ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦੇ ਵੱਡਿਆਂ ਦਾ ਪਿੰਡ ਜੇ। ਗੁਰੂ ਨਾਨਕ ਸਾਹਿਬ ਇੱਕ ਵਾਰੀ ਆਏ ਵੀ ਤੇ ਸ਼ਰੀਕਾਂ ਨੇ ਸਾੜਾ ਜਿਹਾ ਕੀਤਾ, ਕਹਿੰਦੇ ਆ ਗਿਆ ਕਿਤੇ ਜ਼ਮੀਨ ਹੀ ਨਾ ਬਣਾ ਲੈ। ਮਹਾਰਾਜ ਕਹਿੰਦੇ ਕੋਈ ਨੀ, ਬਸੋ ਬਸੋ ਭਾਈ, ਅਸੀਂ ਤੁਹਾਡੀਆਂ ਜ਼ਮੀਨਾਂ ਲੈਣ ਨਹੀਂ ਆਏ। ਚਾਚੇ ਲਾਲੂ ਦਾ ਪਰਿਵਾਰ ਇੱਥੇ ਵੱਸਦਾ ਸੀ, ਪਰ ਮਹਿਤਾ ਕਾਲੂ ਜੀ ਉਹ ਰਾਏ ਭੋਏ ਦੀ ਤਲਵੰਡੀ ਚ ਵੱਸਦੇ ਨੇ, ਔਰ ਇਹ ਸ਼ਿਵ ਰਾਮ ਜੀ ਦੇ ਸਪੁੱਤਰ ਨੇ, ਬਾਬੇ ਦਾ ਨਾਂ ਸ਼ਿਵ ਰਾਮ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਲਈ ਅਰਦਾਸਾਂ ਬਾਪੂ ਵੀ ਕਰਦਾ। ਹੁਣ ਮਾਂ ਸੰਗਤ ਜੀ ਜਦੋਂ ਧੀ ਦੇ ਹੋਕੇ ਧੀ ਦੇ ਹਟਕੋਰੇ ਸੁਣੇ ਤੇ ਉੱਪਰੋਂ ਕਿਰਪਾ ਹੋ ਨਹੀਂ ਰਹੀ, ਮਾਂ ਦੀਆਂ ਵੀ ਤਾਹਾਂ ਨਿਕਲ ਗਈਆਂ, ਹੇ ਰੱਬਾ ਮੇਰੀ ਨੀ ਸੁਣਦਾ, ਮੇਰੇ ਧੀ ਦੀਆਂ ਕੂਕਾਂ ਸੁਣ ਲਾ, ਮੇਰੀ ਧੀ ਅੱਜ ਬਿਲਕ ਬਿਲਕ ਕੇ ਹੋਕੇ ਹਟਕੋਰੇ ਲੈਂਦੀ, ਵੀਰ ਦੇ ਲਈ ਦੁਆਵਾਂ ਮੰਗਦੀ ਏ, ਤੇ ਨਾਲੇ ਆਪਣੀ ਧੀ ਦੇ ਨੇਤਰ ਪੂੰਝ ਰਹੀ ਏ, ਮਾਂ ਅੱਖੀਆਂ ਪੂੰਝਦੀ ਏ, ਮੁਖੜਾ ਪੂੰਝਦੀ ਏ, ਨਾਲੇ ਪਤਾ ਕੀ ਕਹਿੰਦੀ, ਚੁੱਪ ਕਰ ਇੱਕ ਪਾਸੇ ਦਿੰਦੇ ਇਹਨਾਂ ਨੂੰ ਦੋ ਹੀ, ਦੋ ਨੀਹਾਂ ਦੁਨੀਆਂ, ਇੱਕ ਨੀ ਉਹਦੇ ਤੇ ਮਕਾਨ ਚੱਕਦਾ, ਦੋ ਨੀਹਾਂ, ਇੱਕ ਇੱਧਰ ਤੇ ਇੱਕ ਉੱਧਰ, ਕਦੇ ਇੱਧਰ ਤੇ ਕਦੇ ਉੱਧਰ, ਕਦੇ ਇੱਧਰ ਤੇ ਕਦੇ ਉੱਧਰ, ਇਹ ਦੁਨੀਆਂ ਦਾ ਸਵਾਏ ਧੀਏ, ਆਪਣੇ ਤੇ ਵੀ ਕਿਰਪਾ ਹੋਏ ਸੰਗਤ ਜੀ। ਖੈਰ ਹੁਣ ਧਰਤੀ ਰੋਂਦੀ ਸੀ, ਧਰਤੀ ਕਰਲਾਉਂਦੀ ਸੀ, ਧਰਤੀ ਦੇ ਹਾਰੇ ਦੁਖੀਆਂ ਦੇ ਹੋਣਗੇ, ਜਿਹੜੇ ਦੁਖੀ ਲੋਕ ਜ਼ਾਲਮਾਂ ਵੱਲੋਂ ਜ਼ੁਲਮ ਦੀ ਚੱਕੀ ਚ ਪਿਸੇ ਜਾ ਰਹੇ ਸੀ। ਸ਼ੰਭੂਕ ਲਿਖੀ ਰਾਮ ਚੰਦਰ ਜੀ ਦੇ ਵੇਲੇ ਦੀ ਗੱਲ ਹੈ, ਉਹ ਸ਼ੰਭੂਕ ਲਿਖੀ ਰੱਬ ਰੱਬ ਕਰਦਾ ਸੀ, ਰਾਮ ਚੰਦਰ ਆਏ ਕਹਿੰਦੇ ਵੀ ਬੜਾ ਜਪ ਕਰਦਾ, ਰਿਖੀ ਜੀ ਕੀ ਚਾਹੁੰਦੇ ਹੋ, ਉਹ ਕਹਿੰਦਾ ਜੀ ਸਣੇ ਸਰੀਰ ਜਾਣਾ ਰੱਬ ਦੇ ਘਰ। ਕਹਿੰਦਾ ਬੱਲੇ ਬੱਲੇ ਏਡੀ ਤਕੜੀ ਬਾਤ, ਤੁਹਾਡੀ ਕੁੱਲ ਕਿਹੜੀ ਆ, ਤੁਹਾਡੀ ਕੁੱਲ ਨੂੰ ਨਮਨ ਕਰਦਾ ਮੈਂ, ਮੱਥਾ ਟੇਕਦਾ। ਕਹਿੰਦਾ ਮੈਂ ਸ਼ੂਦਰਾਂ ਵਿੱਚੋਂ ਆ। ਰਾਮ ਚੰਦਰ ਨੇ ਤਲਵਾਰ ਕੱਢੀ, ਸ਼ੰਭੂਕ ਦਾ ਸਿਰ ਵੱਢ ਦਿੱਤਾ। ਕਹਿੰਦਾ ਤੈਨੂੰ ਸ਼ੂਦਰ ਹੋ ਕੇ ਕਹਿੰਦੇ ਰੱਬ ਜਪਣ ਨੂੰ ਕੀ ਹੋਇਆ, ਰੱਬ ਜਪਣ ਦਾ ਤੈਨੂੰ ਹੁਕਮ ਹੀ ਕੋਈ ਨਹੀਂ, ਜਪ ਸਕਦਾ ਰੱਬ ਦਾ ਨਾਂ। ਕੰਨਾਂ ਵਿੱਚ ਢਾਲ ਕੇ ਸਿੱਕਾ ਪਾਇਆ ਜਾਂਦਾ ਸੀ, ਜ਼ੁਬਾਨਾਂ ਕੱਟੀਆਂ ਜਾਂਦੀਆਂ ਸਨ, ਇਹ ਤੇ ਗੁਰੂ ਨਾਨਕ ਦੀ ਮਿਹਰ ਹੋਈ। ਪਰ ਦੁਨੀਆਂ ਨੇ ਨਹੀਂ ਜਾਣਿਆ, ਕਦੇ ਕਬੀਰ ਜੀ ਕਰਜੇ, ਕਿਤੇ ਰਵਿਦਾਸ ਜੀ ਕਰਜੇ, ਉਹ ਵੀਰੋ ਇੱਕ ਨੇ, ਉਹ ਆਪਣੇ ਸਮੇਂ ਦੇ ਅਵਤਾਰੀ ਪੁਰਸ਼ ਨੇ, ਨਾਮਦੇਵ ਜੀ ਜਿੰਨੇ ਵੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਭਗਤ ਨੇ, ਗੁਰੂ ਸਿੱਖ ਨੇ, ਮਹਾਰਾਜ ਇੱਕੋ ਹੀ ਨੇ। ਅੱਜ ਅਸੀਂ ਸਾਰਿਆਂ ਦਾ ਅਦਬ ਕਰਨਾ, ਗੁਰੂਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ, ਨਬੀਆਂ ਨੂੰ, ਅਵਤਾਰਾਂ ਨੂੰ, ਅਸੀਂ ਸਭ ਨੂੰ
नमस्कार करते हैं, पर गुरु नानक तो वड्डा ना कोई पहला सी, ना कोई है ते ना कोई आउणा। गुरु नानक साहिब, गुरु नानक साहिब उन्हां तो वड्डा कोई नहीं। 14 कला कहते 16 कला गुरु नानक अनंत कला हुए ठाकुर चढ़िया, जेदिया कला गिनिया ना गिनिया अंत। हुण जो धरती भी रोंदी जांदी है, संगत जी सुनो, वो जिहड़े धर्मी लोग सी जिन्हां लोगों नूं ज्ञान देना सी साडे वर्गे, जो अज साडे आंदे हाल है, बेलोड़े जे विवाद ही पैदा करदे, कदों वी इह कुछ ही करदे सी। ਉਹ ਵਿਵਾਦ ਉਹ ਗੱਲਾਂ ਜਿਹਨਾਂ ਦੀ ਲੋੜ ਹੀ ਨਹੀਂ। ਮਾਤਾ ਭਾਗੋ ਮਾਂ ਸੂਰਬੀਰ ਮਾਈ ਜਦੋਂ ਆਪਣੇ ਸਾਹਮਣੇ ਉਹਦੇ ਦੁਸ਼ਟ ਜ਼ੁਲਮ ਜ਼ਾਲਮ ਉਹਦਾ ਐ ਪਰਸਿਆ ਲਾ ਕੇ ਇੱਦਾਂ ਖੜਾ ਕਰ ਦਿੰਦੀ ਸੀ, ਐ ਟੁੰਡ ਕੇ ਪਰਸਾ ਜ਼ਾਲਮ ਚੁੱਕ ਕੇ ਖੜਿਆ ਕਰ ਦੇਣਾ। ਅੱਜ ਉਹ ਮਾਈ ਭਾਗੋ ਨੂੰ ਤੁਸੀਂ ਬੁਰਾ ਭਲਾ ਕਹਿੰਦੇ ਫਿਰਦੇ ਹੋ, ਤੁਹਾਡੀਆਂ ਸਮਾਨਾਂ ਚ ਕੀੜੇ ਨਾ ਬੈਠਗੇ, ਹੋਏ ਸੜੋਗੇ ਨਾ ਮਰੋਗੇ ਨਾ, ਲੱਖ ਲਾਣਤ ਤੁਹਾਡੇ ਇਹੋ ਜਿਹੇ ਪ੍ਰਚਾਰ ਦੇ ਉੱਤੇ। ਇਹਦੇ ਨਾਲ ਚੰਗਾ ਸੀ ਕਿ ਤੁਸੀਂ ਮਹਾਰਾਜ ਦੇ ਦਰ ਤੇ ਪੜਦੇ ਹੀ ਨਾ। ਵੱਖਰੇ ਧਰਮ ਏਦਾਂ ਹੀ ਚੱਲਦੇ ਆ, ਏਦਾਂ ਹੀ ਚਾਰ ਬੰਦੇ ਵੱਧ ਸੁਣਨ ਲੱਗ ਜਾਣ, ਬੰਦਿਆਂ ਦੀ ਮੱਤ ਵੱਜ ਜਾਂਦੀ। ਵੀਰੋ ਮੈਂ ਅੱਜ ਤੇ ਸਿਰ ਦਿੱਤੇ ਹੋਏ ਆ, ਉਹਨਾਂ ਲੋਕਾਂ ਦੇ ਲਈ ਕੀ ਬੋਲਣਗੇ। ਖੈਰ ਅੰਤ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਿਹੜੇ ਰਾਜੇ ਨੇ ਮਹਾਰਾਜੇ ਨੇ ਉਹ ਤੇ ਜ਼ੁਲਮ ਕਰਦੇ ਹੀ ਨੇ। ਕੱਲ ਕਾਤੀ ਕਲਯੁਗ ਕਿੰਚੀ ਵਰਗਾ, ਕੱਲ ਕਾਤੀ ਰਾਜੇ ਕਸਾਈ, ਇਹ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਕੱਲ ਕਾਤੀ ਰਾਜੇ ਕਸਾਈ, ਧਰਮ ਪੰਥ ਕਰ ਉੱਡ ਰਿਹਾ, ਜਿਹੜਾ ਧਰਮ ਸੀ ਖੰਭ ਲਾ ਕੇ ਉੱਡ ਗਿਆ। ਕੂੜ ਅਮਾਵਸ, ਕੂੜ ਦੀ ਮੱਸਿਆ ਵਰਗੀ ਰਾਤ, ਸੱਚ ਚੰਦਰਮਾ ਦੀਸੈ ਨਾਹੀ, ਚੰਦ ਨਹੀਂ ਸੀ ਚੜਦਾ ਸੱਚ ਦਾ, ਛੁੱਪ ਗਿਆ। ਕੂੜ ਹੀ ਕੂੜ ਫਿਰੇ ਪ੍ਰਧਾਨ ਵੇਲਾ ਲੋ, ਏਦਾਂ ਦੇ ਹਾਲਾਤ ਜਦੋਂ ਹੋ ਗਏ। ਸੰਗਤ ਜੀ ਜਿਹਨਾਂ ਲੋਕਾਂ ਨੂੰ ਸਮਝਾਉਣਾ ਸੀ, ਉਹ ਚਾਰ ਵਰਨ ਚਾਰ ਮਜ਼ਹਬ, ਹਿੰਦੂਆਂ ਵਿੱਚ ਚਾਰ ਵਰਨ ਨੇ, ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼। ਮੁਸਲਮਾਨਾਂ ਚ ਵੀ ਚਾਰ ਤਬਕੇ ਨੇ ਉਹਨਾਂ ਦੇ, ਜੱਗ ਵਿੱਚ ਹਿੰਦੂ ਮੁਸਲਮਾਨ ਨੇ, ਖੁਦੀ ਬਕੀਲੀ ਤਕੱਬਰੀ ਖਿੱਚੋ ਤਾਣ ਗੰਗ ਬਨਾਰਸ ਹਿੰਦੂਆਂ, ਵੇਖੋ ਹਿੰਦੂ ਕਹਿੰਦੇ ਗੰਗਾ ਬਨਾਰਸ ਤੋਂ ਪਰੇ ਕੁਝ ਵੀ ਨਹੀਂ, ਕਾਸ਼ੀ ਆ ਸਾਡੀ, ਜਿਹੜਾ ਉੱਥੇ ਜਾ ਕੇ ਮਰ ਵੀ ਗਿਆ ਉਹ ਸਵਰਗਾਂ ਨੂੰ ਜਾਏਗਾ। ਉਹ ਕਹਿੰਦੇ ਨਹੀਂ ਓਏ, ਮੁਸਲਮਾਨ ਕਹਿੰਦੇ ਮੱਕਾ ਕਾਬਾ ਮੱਕੇ ਉਪਰੇ ਆਜ਼ਾਦ ਮੁਸਲਮਾਨ ਨੇ, ਤਿਲ ਕੇ ਚੰਨਿਓ ਹਿੰਦੂ ਰਵਾਣੀ ਇੱਕ ਰਾਮ ਰਹੀਮ ਕਹਾਏ ਦੇ। ਉਹ ਕਹਿੰਦਾ ਰਾਮ ਕਹੋ, ਅੱਜ ਵੀ ਕਹਿੰਦੇ ਡਾਂਗ ਨਾ ਕਹੋ ਦੇ ਨਾ, ਇਹਨਾਂ ਨੂੰ ਨਹੀਂ ਸਿੱਖ ਹੋਣਾ ਚਾਹੀਦਾ। ਇਹਨਾਂ ਕੋਲੋਂ ਡਾਂਗ ਦੇ ਜ਼ੋਰ ਨਾਲ ਅੱਲਾ ਅੱਲਾ ਕਹਾਇਆ ਸੀ, ਪਰ ਰੱਬ ਦੇ ਪਿਆਰੇ ਖੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਵਾਰਿਆ ਤਿਲਕ ਜੱਜੂ ਨੂੰ ਬਚਾਉਣ ਲਈ। ਇਹ ਲੋਕ ਇਹ ਵੀ ਅੱਜ ਡਾਂਗ ਦੇ ਨਾਲ ਹੀ ਰਾਮ ਕਹਾਉਂਦੇ ਨੇ, ਰਾਮ ਕਹੋ। ਉਹ ਖੁਸ਼ੀ ਨਹੀਂ ਮਿਲਦੀ ਇਹ ਤਾਂ, ਹਰ ਬੰਦੇ ਨੂੰ ਆਪੋ ਆਪਣੇ ਧਰਮ ਦੇ ਵਿੱਚ ਪਰ ਪੱਕ ਰਹਿਣ ਦਾ ਹੱਕ। ਜੇ ਸੰਗਤ ਜੀ ਇੱਕ ਨਾਮ ਤੋਂ ਰਾਹ ਭੁਲਾਣੇ ਸੱਚ ਰਹਿ ਗਿਆ, ਜਿਹੜਾ ਸੱਚੇ ਕਿਨਾਰੇ ਕਿਨਾਰੇ ਤੇ ਰਹਿ ਗਿਆ, ਖੈ ਮਰਦੇ ਤੇ ਜਿਹੜੇ ਬਾਹਮਣ ਮੁੱਲਾ ਮਲਾਣੇ ਡਾਂਗੋ ਡਾਂਗੀ ਹੋ ਰਹੇ ਨੇ ਇਹੋ ਜਿਹੇ ਹਾਲਾਤਾਂ ਦੇ ਅੰਦਰ। ਆਜੋ ਤੱਕਿਓ ਜਰਾ ਤੇ ਦੁਖੀਆਂ ਦੇ ਹੰਦੇ ਮਸੂਮਾ ਦੇ ਹੰਦੇ ਜੁਤੀ ਮਾਤ ਮਾਤੀ ਤੁਫਤੇ ਦਿਲਾਂ ਦਾ ਦਰਦ ਸੁਣ ਕੇ ਉਹ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਤੋਂ ਸਰਗੁਣ ਸਰੂਪ ਧਾਰਨੇ ਕਰਕੇ ਆਪ ਨਰਾਇਣ ਕਲਾ ਧਾਰ ਜਗ ਦੇ ਵਿੱਚ ਪ੍ਰਵਿਰਤ ਹੋਣ ਲੱਗਾ, ਜਗ ਦੇ ਵਿੱਚ ਆਉਣ ਲੱਗਾ। ਧੰਨ ਧੰਨ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਣ, ਮਾਤਾ ਦੇ ਔਰ ਪਿਤਾ ਬਾਪੂ ਮੈਤਾ ਕਾਲੂ ਦੇ ਘਰ ਨੂੰ ਭਾਗ ਲਗਾਉਣ, ਰਾਏ ਭੋਈ ਦੀ ਧਰਤੀ ਨੂੰ ਨਨਕਾਣਾ ਸਾਹਿਬ ਬਣਾ ਕੇ ਦੁਨੀਆਂ ਤੇ ਵਡਿਆਉਣ, ਪੰਜਾਬ ਦੀ ਧਰਤੀ ਸਰਜ਼ਮੀਨ ਨੂੰ ਇਹ ਜੱਗ ਦੇ ਵਿੱਚ ਉਗਾਉਣ। ਮੇਰਾ ਅਕਾਲ ਬਾਓ ਬਾਬਾ ਰੂਪ, ਇੱਕ ਬਾਬਾ ਅਕਾਲ ਰੂਪ, ਉਹ ਅਕਾਲੀ ਬਾਬਾ, ਉਹ ਸਾਹਰ ਪੀਰ ਚਾਰਾ ਪੀਰ, ਜੇ ਤੋਂ ਵੱਡਾ ਪੀਰ ਕੋਈ ਨੀ, ਪੈਗੰਬਰ ਕੋਈ ਨੀ, ਨਵੀਂ ਕੋਈ ਨੀ, ਅਵਤਾਰ ਕੋਈ ਨੀ, ਔਲੀਆ ਕੋਈ ਨੀ, ਉਹ ਬਾਬਾ ਸਨ 1469 ਸੰਮਤ 1526 ਕੱਤਕ ਦੀ ਪੁੰਨਿਆ ਇੱਕ ਚੰਦ ਤੇ ਚੜਦਾ, ਇਹ ਚੰਦ ਚੜਿਆ ਜਿਹਦੇ ਚੰਦ ਵਰਗਾ ਮਿਟਿਆ ਅੰਧੇਰਾ, ਚੰਦ ਚੜਿਆ। ਭਾਈ ਗੁਰਦਾਸ ਜੀ ਕਹਿੰਦੇ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧਰਤੀ ਜਗ ਚਾਨਣ ਹੋਆ, ਚੰਦ ਚੜਿਆ ਉਹ ਚੰਦ ਜਿਹਦੇ ਉੱਤੇ ਦਾਗ ਨਹੀਂ ਕੋਈ ਲਗਾ, ਬੇਦਾਗ ਆਦ ਚੰਦ ਦਾਗੀ ਏ ਗੁਰੂ ਨਾਨਕ ਸਾਹਿਬ ਸਖੀਓ ਨੀ ਚੰਦ ਦੋ।
ਉਹ ਪੁੰਨਿਆਂ ਦੀ ਰਾਤ ਆ ਰਹੀ ਕੱਤਕ ਦੀ ਪੂਰਨਮਾਸ਼ੀ, ਉਹ ਪੁੰਨਿਆਂ ਦੀ ਰਾਤ ਅਨੋਖੀ ਸਖੀ ਚੰਨ ਦੋ, ਅੱਜ ਪੁੰਨਿਆਂ ਦੀ ਰਾਤ ਅਨੋਖੀ ਸਖੀ ਨੀ ਚੰਨ ਦੋ, ਸਖੀ ਨੀ ਚੰਨ ਦੋ, ਅੱਜ ਪੁੰਨਿਆਂ ਦੀ ਰਾਤ ਅਨੋਖੀ ਸਖੀ ਨੀ ਚੰਨ ਦੋ, ਸਖੀ ਨੀ ਚੰਨ ਦੋ, ਸਖੀ ਨੀ ਚੰਨ ਦੋ, ਅੱਜ ਪੁੰਨਿਆਂ ਦੀ, ਅੱਜ ਪੁੰਨਿਆਂ ਦੀ ਰਾਤ ਅਨੋਖੀ ਸਖੀ ਨੀ ਚੰਨ ਦੋ, ਸਖੀ ਨੀ ਚੰਨ ਦੋ। ਆਓ ਅੱਗੇ ਲੱਖਾਂ ਹੀ ਪੁੰਨਿਆਂ ਆਈਆਂ, ਕਰਦਾ ਰਿਹਾ ਇੱਕ ਚੰਨ ਰੋਸ਼ਨ ਆਈਆਂ, ਇੱਕ ਚੰਨ ਅੱਜ ਚੜਿਆ ਤਲਵੰਡੀ। ਪੰਨੂ ਨੇ ਕਾਣਾ ਜੀ ਉਹਦੀ ਚੰਨ ਤੋਂ ਵੀ ਦੂਣੀ ਸ਼ੋ। ਆਓ ਸਰੀਰ ਕਰਕੇ ਨੀ ਨਾ ਜਾ ਸਕਦੇ ਆਪਾਂ ਨਨਕਾਣਾ ਸਾਹਿਬ, ਆਓ ਨੀ ਸਖੀਓ ਉੱਥੇ ਚਲੀ ਗਈ ਮਨ ਕਰਕੇ, ਸੁੱਤੇ ਭਾਗ ਜਗਾ ਲਈਏ ਚਲੀਏ ਉਸਦੇ ਸੋਹਣਿਆਂ ਚਰਨਾਂ ਦੀ, ਗੁਰੂ ਨਾਨਕ ਦੇ ਚਰਨਾਂ ਦੀ ਹਾਸਲ ਕਰੀਏ ਸ਼ੋ, ਉਹਦੇ ਚਰਨਾਂ ਨੂੰ ਚੁੰਮ ਕੇ ਨਮਸਕਾਰ ਕਰੀਏ। ਹਾਂ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਬੇਬੇ ਨਾਨਕੀ ਉਹ ਭੈਣ ਨਾਨਕ ਜਿਹੜੀ ਵੀਰ ਦੇ ਲਈ ਮਿਹਣੇ ਲੋਕਾਂ ਕੋਲ ਸੁਣਦੀ ਸੀ ਵੀ ਆ ਭਾਈ ਵੀਰਾ ਨੀ ਆਇਆ, ਉਹ ਹੁਣ ਭੱਜੀ ਫਿਰਦੀ ਆ, ਉਹ ਲੋਕਾਂ ਨੂੰ ਦੱਸਦੀ ਫਿਰਦੀ ਭੈਣੋ ਮੈਨੂੰ ਵੀ ਵੀਰਾ ਮਿਲ ਗਿਆ, ਭੈਣੋ ਮੈਨੂੰ ਵੀ ਵੀਰਾ ਮਿਲ ਗਿਆ। ਉਹ ਭੈਣ ਨਾਨਕੀ ਦਾ ਵੀਰ ਜਿਵੇਂ ਪ੍ਰਗਟ ਹੋ ਕੇ ਆਇਆ ਨਾ, ਉਹ ਨਗਮ ਕਵਾਲੀ ਰੂਪ ਚ ਮੇਰੇ ਸਾਥੀ ਕਹਿਣ ਲੱਗੇ, ਤਾਲ ਨਾਲ ਸੁਣਿਓ ਜੀ।
बलवंत सिंह जी सिहोड़े वाले जा महापुरख आके बैठे होंगे ते पिंड का माहौल ही बदल जाता संगत जी क्यों क्योंकि पावरफुल रूहां दियां ने वो प्यारियां रूहां दियां ने उन्हां दा औरा उन्हां दा चफेरा कोपत फौजां चंगियां रूहां जिहड़ियां सानू दिसदियां ने उन्हां दे नाल घिरिया हुंदा इह ते रब आया आप परमेश्वर आया आप अकाल पुरख वाहिगुरु आया सारे लोग वधाइया देन मच्छियां कामों ते असर पिया उन्हें बधेरे दुद्ध दिता इत ही बस नहीं संगते हुण दरख्तां वल वेंदे दरख्तां उत्ते जिवें केसर छिड़किया होवे दरख्तां दे पत्तियां उत्ते केसर दे छिट्टे ने आकाशां तो मन देवी देवतियां ने पूरी ओस राय भोई दी तलवंडी दे उत्ते आ आ के पुष्प बरसाए एक तरह के फुल नहीं बरसे ਲੋਕੀ ਵੇਖਦੇ ਨੇ ਹਾਲਾਤ ਹੀ ਬਦਲ ਗਏ ਆਨੰਦ ਤੇ ਸਭ ਤੋਂ ਵੱਡੀ ਘਟਨਾ ਪਤਾ ਕੀ ਕਰੀ ਜਿਹੜੀ ਦਾਈ ਹੈ ਉਹਦਾ ਨਾਂ ਹੈ ਦੌਲਤਾਂ ਦੌਲਤਾਂ ਅੱਖਾਂ ਤੋਂ ਅੰਨੀ ਸੀ ਜਦੋਂ ਸਤਿਗੁਰਾਂ ਦਾ ਜਨਮ ਉਹ ਸਿਆਣੀ ਬੜੀ ਸੀ ਜਿਉਂ ਹੀ ਸਤਿਗੁਰੂ ਜੀ ਦਾ ਜਨਮ ਪ੍ਰਕਾਸ਼ ਹੋਇਆ ਨਾ ਮੇਰੇ ਮਹਾਰਾਜ ਦਾ ਉਹ ਮਹਾਰਾਜ ਦਾ ਪ੍ਰਕਾਸ਼ ਹੋਣ ਦੀ ਦੇਰ ਤਾਈ ਦੌਲਤਾਂ ਦੀਆਂ ਅੱਖਾਂ ਵਿੱਚ ਵੀ ਪ੍ਰਕਾਸ਼ ਆ ਗਿਆ ਹਨੇਰਾ ਚਾਨਣ ਵਿੱਚ ਬਦਲ ਗਿਆ ਉਹਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ ਉਹ ਦਿਸਣ ਲੱਗ ਪਿਆ ਸਤਿ ਸ੍ਰੀ ਅਕਾਲ ਓ ਦਿਸਦਾ ਕਿ
गुरु नानक का प्रकाश होया सी। सब तो पहला दौलता ने प्रकाश के उपर दौलता वेख दी है जिवें कोई इस तरह आशीर्वाद दे रहा है। बहुत वड्डा वड्डा आकार उन्होंने बचे नहीं तुसे वड्डा आकार जा आनंद प्रसन्न हो उन्हें चरणा नु स्पर्श कर लिया जो महाराज के चरण फड़े ना गुरु नानक साहब के चरण ने किसी ऐरे वगैरे के नहीं ताई दौलतां नूं तिन्नां लोकां दी सोची सब बुद्धि भुल गई डर सिर देखती सुत की ना सुत रही डर सिर देखती ना सत की ना सती रही बुत की ना बुत रही बुत में ना मातु है बुत की ना बुत रही मत में ना मत है विसर गए महाराज ने मानो सहज दिता टका हजार वस्तु चार चीज मिल गई तेनू पर इन सांभ ला कि साडे वास्ते भी आ जो गुरु के दरों कोई वड्डी दात मिल जाए ना ये रौले नहीं पाने होंगे ओदा आनंद लेना रौला पाओगे तो सब कुछ जाता लगे रौले पाउन लग जाने असि हाँ दिस गया मैनू मेरे तो आह कृपा हो गई ਇਹ ਕਿਰਪਾ ਹੁੰਦੀ ਹੈ ਸਿਮਰਨ ਨਾਲ ਆਪਣੇ ਆਪ ਹੀ ਸਭ ਕੁਝ ਹੁੰਦਾ ਜਾਂਦਾ ਸਿਮਰੀ ਚਲੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਕੇ ਸਭ ਕੁਝ ਮਿਲਦਾ ਖੈਰ ਹੁਣ ਮੇਰੇ ਵਰਗਾ ਜਪਜੀ ਸਾਹਿਬ ਇੱਕ ਪੜ੍ਹੇ ਨਾ ਪੜ੍ਹੇ ਤੇ ਮੂੰਹ ਐਵੇਂ ਚੁੱਕੀ ਫਿਰ ਮੈਂ ਬੜਾ ਵੱਡਾ ਮਹਾਰਾਜ ਉੱਤੇ ਅਸਾਨ ਕਰਦਾ ਮੈਂ ਤੇ ਬਾਣੀ ਬੜੀ ਪੜ੍ਹਦਾ ਏਦਾਂ ਗੱਲ ਨਹੀਂ ਪੜ੍ਹਦਾ ਹੁਣ ਦਾਈ ਨੇ ਆਵਾਜ਼ ਦਿੱਤੀ ਪਟਵਾਰੀ ਸਾਹਿਬ ਦੌਲਤਾਂ ਦੀ ਆਵਾਜ਼ ਤੇ ਕੀ ਹੋਈ ਸੀ ਨਹੀਂ ਤਾਂ ਐਵੇਂ ਥਕਾ ਵਾਲੀ ਨਹੀਂ ਸੀ ਕਹਿਣ ਲੱਗਾ ਦੌਲਤਾਂ ਕੋਈ ਚੰਗੀ ਖਬਰ ਦੇਈ ਪਟਵਾਰੀ ਸਾਹਿਬ ਤੁਹਾਡੇ ਘਰ ਤੇ ਰੱਬ ਹੀ ਆ ਗਿਆ ਤੁਸੀਂ ਪੁੱਛੋਗੇ ਧੀ ਆਈ ਕਿ ਪੁੱਤ ਆਇਆ ਰੱਬ ਆਇਆ ਰੱਬ ਪਰ ਜਿਹੜੀਆਂ ਬੀਬੀਆਂ ਆਈਆਂ ਹੋਈਆਂ ਉਹ ਪੁੱਛਦੀਆਂ ਨੀ ਦੌਲਤਾਂ ਦੱਸਦੇ ਸੀ ਪਟਵਾਰੀਆਂ ਦੇ ਬੱਚਾ ਕੀ ਹੋਇਆ ਕਹਿਣ ਲੱਗਾ ਮੈਂ ਜਦੋਂ ਪੁੱਛਿਆ ਨਾ ਛੇੜ ਬਈ ਪਟਵਾਰੀਆਂ ਦੇ ਬੱਚਾ ਕੀ ਹੋਇਆ ਹੁਣ ਦੱਸਣ ਲੱਗੀ ਹੈ ਪਤਾ ਕੀ ਦੱਸਦੀ ਹੈ ਕਿਸੇ ਚੰਗੇ ਜੋ ਬੱਚੇ ਨੂੰ ਜਨਮ ਦੇਣਾ ਹਾਂਜੀ ਗੁਣ ਹੁੰਦੇ ਨੇ ਚੰਗੀਆਂ ਨਾਰੀਆਂ ਦੇ ਇਹ ਵੀ ਸੱਚ ਹਰ ਬੱਚੇ ਦੇ ਜਨਮ ਖੇਤੀਆਂ ਨੂੰ ਹਰੀਆਂ ਕਰ ਦੇਣਾ ਔਰ ਸੱਪਾਂ ਦੇ ਕੋਲੋਂ ਛਾਵਾਂ ਕਰਵਾਉਣੀਆਂ ਫਿਰ ਖਰੇ ਸੌਦੇ ਬਾਪੂ ਇੱਕ ਦਿਨ ਕਹਿੰਦਾ ਇੱਕ ਦਿਨ ਕੀ ਵੇਖਦੇ ਆ ਮਹਾਰਾਜ ਕਈ ਦਿਨ ਹੋ ਗਏ ਸਮਾਧੀ ਲੱਗੀ ਪੈਰੋਂ ਮਾਸੀ ਲੱਖੋ ਉਹ ਆਈ ਹੋਈ ਆ ਜਦੋਂ ਇੱਕ ਦਿਨ ਲੰਘ ਧੋ ਲੰਘ ਤਿੰਨ ਲੰਘ ਚਾਰ ਲੰਘ ਕਹਿੰਦੀ ਨੀ ਭੈਣੇ ਤ੍ਰਿਪਤਾ ਪੁੱਤ ਤਾਂ ਤੈਨੂੰ ਮਿਲਿਆ ਪਰ ਐਡਾ ਹੱਠੀ ਜਪੀ ਤਿਆਗੀ ਬਰਾਗੀ ਇਹ ਤੇ ਕਿਸੇ ਨਾਲ ਬੋਲਦਾ ਹੀ ਨੀ ਇਹ ਤੇ ਸਾਰੀ ਮਹਾਰਾਜ ਹੱਸ ਕੇ ਕਹਿੰਦੇ ਮਾਸੀ ਅਸੀਂ ਤੇ ਫੇਰ ਵੀ ਕਿਸੇ ਨਾਲ ਬੋਲ ਲੈਣਾ ਗ੍ਰਿਸ਼ਤ ਅਪਣਾ ਲੈਣਾ ਜਿਹੜਾ ਤੇਰੇ ਘਰ ਜੰਮੂ ਫੇਰ ਪਤਾ ਲੱਗੂ ਉਹ ਬਾਬਾ ਰਾਮ ਥੰਮਣ
ਮਾਰਦੀ ਮਾਸੀ ਦਾ ਪੋਤੇ ਬੜਾ ਹੀ ਤਕੜਾ ਵਿਸ਼ਾਲ ਹੋਇਆ ਵਿਰਾਗ ਜੀ ਰਿਹਾ ਵਿਰਾਗੀ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਸਥਾਨ ਤੋਂ ਹੀ ਪਹਿਲਾਂ ਦੀਖਿਆ ਲੈ ਕੇ ਅੱਗੇ ਵਧਿਆ ਫਿਰ ਸੰਗਤ ਜੀ ਚਾਂਦੀ ਹੁਸਨ ਦੀ ਚੰਦ ਲੁਟਾ ਰਿਹਾ ਸੀ ਬੰਦੇ ਆ ਖੁਸ਼ੀ ਵਿੱਚ ਆ ਕੇ ਬੰਦੇ ਰਹਿਮਤਾਂ ਨੂੰ ਕਰਾਮਾਤ ਰਾਣੀ ਹੁਣ ਜਦੋਂ ਰਹਿਮਤਾਂ ਬਰਕਤਾਂ ਬਖਸ਼ਿਸ਼ਾਂ ਜਾਣ ਵੰਡੀਆਂ ਸੰਗਤ ਜੀ ਮਾਤਾ ਤ੍ਰਿਪਤਾ ਜੀ ਧੀਰ ਤ੍ਰਿਪਤਾ ਦਾ ਵੀਰ ਨਾਨਕੀ ਦਾ ਰੱਬੀ ਪੀਰ ਉਹ ਪੀਰਾਂ ਦਾ ਪੀਰ ਆਇਆ ਜਿਹਨੂੰ ਆਖਦੀ ਰੱਬੇ ਰਹੀਮ ਦੁਨੀਆ ਇਹ ਤੇਜ ਦੀ ਪਲਟਨ ਤਕਦੀਰ ਇਹ ਧਰਤੀ ਦੇ ਉੱਤੇ ਅੱਜ ਤੇ ਬੜਾ ਨਾ ਸਤਿਕਾਰ ਨਹੀਂ ਕੀਤਾ ਭਾਰਤ ਵਾਲਿਆਂ ਗੁਰੂ ਨਾਨਕ ਸਾਹਿਬ ਰੱਬ ਆਏ ਇੱਥੇ ਉਹ ਪਹਿਲੇ ਦੇਵੀ ਦੇਵਤਿਆਂ ਨੂੰ ਚੱਕੀ ਫਿਰਦੇ ਹੋ ਰਾਸ਼ਟਰ ਦੇ ਪਿਤਾ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ ਨੌਵੇਂ ਜਾਮੇ ਤਾਂ ਪੱਕਾ ਬਣਦਾ ਹੀ ਸੀ ਤਿਲਕ ਚੰਜੂਲੀ ਤੁਹਾਡੇ ਲਈ ਦੀ ਕੁਰਬਾਨੀ ਕੀਤੀ ਤੇ ਤੁਸੀਂ ਜਾ ਕੇ ਫੜਕੰਨੇ ਜੇ ਸਿਰ ਤੇ ਬਿਠਾਤਾ ਸਾਡੇ ਵਾਲੇ ਵੀ ਉਹਨੇ ਬਾਪੂ ਬੂਬੂ ਜਾ ਕਹੀ ਜਾਂਦੇ ਮੈਂ ਤੇ ਉਹ ਕਈ ਵਾਰੀ ਕਿਹਾ ਤੁਸੀਂ ਸੁਣਿਆ ਹੋਣਾ ਕਿ ਬਾਪੂ ਕਹਿਣ ਵਾਲਿਆ ਬਾਪੂ ਤੈਨੂੰ ਭੁੱਲਿਆ ਬਾਪੂ ਦੇ ਭੁਲੇਖੇ ਕਿਸੇ ਹੋਰ ਉੱਤੇ ਡੁੱਲਿਆ ਤੇਰੇ ਬਾਪੂ ਦੀਆਂ ਜਾਂ ਦੱਸਾਂ ਮੈਂ ਨਿਸ਼ਾਨੀਆਂ ਭੋਜਨਾ ਤੂੰ ਜਾਵੀਂ ਉਹਦੀਆਂ ਕੁਰਬਾਨੀਆਂ ਤੇਰੇ ਬਾਪੂ ਸੀ ਇਸਤੇਮਾਲ ਲਾਏ ਉਹਨੇ ਖੰਡੇ ਤੋੜੇ ਵਾਲਾ ਹੈ ਤੇ ਉਹ ਸਿਰੋਂ ਗੰਜਾ ਹੈ ਤੇਰੇ ਬਾਪੂ ਕੋਲ ਖੰਡਾ ਹੈ ਉਹਦੇ ਕੋਲ ਡੰਡਾ ਹੈ ਤੇਰੇ ਬਾਪੂ ਸੀ ਇਸ ਚੱਕਰ ਤੇ ਉਹਦੇ ਕੋਲ ਚੱਕਰੀ ਉਹ ਚਰਖੇ ਵਾਲੀ ਤੇਰੇ ਬਾਪੂ ਕੋਲ ਤੇ ਬਾਜ ਆ ਉਹਦੇ ਕੋਲ ਬੱਕਰੀ ਬੱਕਰੀ ਤੇ ਇੱਕ ਬਾਜ ਵਾਲਾ ਬਾਜਾਂ ਵਾਲਾ ਬੱਕਰੀ ਵੋ ਕੀ ਕਿੱਥੇ ਰੀਸ ਉਹ ਕਰ ਲੂ ਅੰਗਰੇਜ਼ਾਂ ਦਾ ਪਿੱਠੂ ਭਗਤ ਸਿੰਘ ਵਰਗੇ ਸਾਡਿਆਂ ਨੂੰ ਫਾਂਸੀ ਚੜਾਉਣ ਵਾਲਾ ਉਹ ਤੇ ਉਹਨੂੰ ਬਾਪੂ ਕਹੀਏ ਨਾ ਮਰ ਜਾਣਾ ਪ੍ਰਵਾਨ ਏ ਸਾਡਾ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਿੰਘਾ ਪਿਓ ਮਿਲ ਜਾ ਕਲਗੀਧਰ ਵਰਗਾ ਸ਼ਾਂਤੀ ਪਖਾਉਣੀ ਵੀ ਪੈ ਜੇ ਬੰਦ ਬੰਦ ਆਪਣਾ ਕਟੋਲਾ ਵੀ ਆਉਂਦਾ ਲੋੜ ਪੈ ਜੇ ਕਿਤੇ ਵੀਰਤਾ ਦੀ ਆਪਣਾ ਸਿਰ ਤੋਂ ਲੜਕੇ ਪਖਾਰਾ ਵੀ ਆਉਂਦਾ ਸਿੰਘ ਕਰਨ ਤੇ ਖੁੰਡੀਆਂ ਰੱਬੀ ਦੀਆਂ ਧਾਰਾਂ ਧਰਕ ਧਰਕ ਧਰਕਦੇ ਕਦੇ ਨਹੀਂ ਖੋਪੜ ਲਾਉਂਦੇ ਲਾ ਜਾ ਵੇਖੋ ਕੇ ਕੋਈ ਕੈਰਾਂ ਦੇ ਟੋਲੇ ਰੋਟੀ ਦੀ ਫੁੱਟ ਵੀ ਮੂੰਹ ਚ ਨਹੀਂ ਪਾਉਂਦੇ ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਮੈਲੀ ਅੱਖੇ ਜੋ ਕੋਈ ਪੰਥ ਵੱਲ ਵੇਖੇ ਮੈਲੀ ਅੱਖੇ ਜੇ ਕੋਈ ਇਸ ਪੰਥ ਵੱਲ ਵੇਖੇ ਤੇ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਨੇ ਵੀ ਕਿਹਾ ਕਿ
ਜੱਗ ਤੇ ਰਰਕ ਮਰਕ ਨਾਲ ਜੀਣਾ। ਓਏ ਕਿਸੇ ਤੋਂ ਡਰ ਕੇ ਰਹਿਣਾ ਨਾ ਰੱਬ ਕਹਿਰਾ ਨੱਥੂ ਖੈਰਾ ਕਿਸੇ ਚੰਦੂ ਗੰਗੂ ਭਾਗੂ ਤੋਂ ਡਰ ਕੇ ਨਹੀਂ ਰਹਿਣਾ, ਮਰਦਾਂ ਵਾਂਗ ਜੀਵਾਂਗੇ ਤੇ ਮਰਨਾ ਪਿਆ ਤੇ ਮਰਦਾਂ ਵਾਂਗੂ ਹੀ ਮਰਾਂਗੇ। ਸਚਾਈ ਜੇ ਇਹ ਕਹਿੰਦਾ ਹੁੰਦੀ ਨਾ ਬੜਾਈ ਬੁੜੀ ਗੱਲ, ਬੀਬੀ ਰੋ ਗਿਆ ਅਨੰਦਪੁਰ ਸਾਹਿਬ, ਮੈਂ ਕਿਹਾ ਮਾਈ ਕੀ ਹੋਇਆ? ਕਹਿੰਦੀ ਮਹਾਰਾਜ ਮੇਰੀ ਗੱਲ ਨੀ ਸੁਣਦੇ। ਮੈਂ ਕਿਹਾ ਕੀ ਗੱਲ ਕੀ ਹੋਈ? ਕਹਿੰਦੀ ਕਈ ਦਿਨ ਹੋ ਗਏ ਆ ਅੱਗੇ ਵੀ ਆਉਣੀ ਆ, ਅਰਦਾਸਾਂ ਕਰਦੀ ਸੁਣਦਾ ਹੀ ਨੀ ਬਾਬਾ। ਮੈਂ ਕਿਹਾ ਬੀਬੀ ਕਹਿੰਦੀ ਕੀ ਆ? ਕਹਿੰਦੀ ਤੁਹਾਨੂੰ ਨੀ ਦੱਸਣਾ। ਮੈਂ ਸਮਝ ਗਿਆ ਵੀ ਮਸਲਾ ਕੋਈ ਗੰਭੀਰ ਹੀ ਆ, ਤੇ ਫਿਰ ਮੇਰੇ ਵੀ ਮਨ ਚ ਆ ਗਿਆ। ਮੈਂ ਕਿਹਾ ਪੁੱਛ ਕੇ ਤੇ ਹੁਣ ਮੈਂ ਵੀ ਹਟੂ ਬੀਬੀ। ਮੈਂ ਕਿਹਾ ਮਾਈ ਕੋਈ ਨੀ, ਪੁੱਤ ਬੱਚਾ ਹੀ ਆ ਤੇਰਾ, ਜੇ ਤੇਰੀ ਨੀ ਸੁਣਦੇ ਸ਼ਾਇਦ ਮੈਂ ਅਰਦਾਸਾ ਕਰਦਾ। ਕਹਿੰਦੀ ਫਿਰ ਇਹ ਅਰਦਾਸਾ ਕਰ, ਜਾਂ ਮਹਾਰਾਜ ਮੈਨੂੰ ਚੁੱਕ ਲੈ ਤੇ ਜਾਂ ਬੇਬੇ ਨੂੰ ਚੁੱਕ ਲੈ। ਮੈਂ ਕਿਹਾ ਬੇਬੇ ਕਿਹੜੀ? ਕਹਿੰਦੀ ਮੇਰੀ ਸੱਸ। ਸੱਸ ਨੂੰ ਚੁੱਕੇ? ਮੈਂ ਕਿਹਾ ਬੇਬੇ ਆਦਾ ਤਾਂ ਕਸੂਤਾ ਜਾ ਜਬ ਮੈਨੂੰ ਵੀ ਪਾਤਾ, ਵੀ ਹੁਣ ਮੈਂ ਤੇਰੇ ਲਈ ਕਰਦਾ ਤਾਂ ਵੀ ਠੀਕ ਨੀ, ਇਹ ਤੇ ਆਤਮਘਾਤੀ ਆ। ਤੇਰੀ ਬੇਬੇ ਲਈ ਕਰਦਾ ਵੀ ਬੇਬੇ ਨੂੰ ਚੁੱਕ ਦੇ ਮਾਰ ਦੇ ਬੁੜੀ, ਤੇ ਗੱਲ ਆ ਵੀ ਠੀਕ ਨੀ। ਮੈਂ ਕਿਹਾ ਗੱਲ ਕੀ ਆ? ਕਹਿੰਦੀ ਦੁਖੀ ਬੜਾ ਕਰਦੀ ਆ। ਮੈਂ ਕਿਹਾ ਇੱਕ ਹੋਰ ਗੱਲ ਕਹਾਂ, ਵੀ ਇਹ ਅਰਦਾਸਾਂ ਨਾ ਤੇਰਾ ਕਰਾਂ ਵੀ ਉਹ ਤੈਨੂੰ ਦੁਖੀ ਕਰਨ ਨੂੰ ਹਟ ਜਾ ਤੇ ਨਾ ਪਿਆਰ ਕਰੇ। ਕਹਿੰਦੀ ਵੀ ਭਾਈ ਆ ਤੇ ਮੈਂ ਸੋਚਿਆ ਹੀ ਨੀ। ਮੈਂ ਕਿਹਾ ਮੈਂ ਸੋਚ ਲਿਆ ਕਿ ਹੁਣ ਇਹ ਨੀ ਕਹਿਣਾ ਵੀ ਜੋ ਮਰਜ਼ੀ ਮਹਾਰਾਜ ਪੂਰੀ ਕਰ ਦੇ ਆਸਾ ਮਨਸਾ, ਵੀ ਹੋਰ ਕਿਸੇ ਬੀਬੀ ਦਾ ਵਿਚਾਰੀ ਦਾ ਗੁੱਗਾ ਪੂਜਿਆ ਗਿਆ? ਉਹ ਤੇ ਬੈਠੀ ਸੁੱਤੀ ਪਖਤ ਨੂੰ ਫੜੀ ਗਈ ਨਾ। ਮਹਾਰਾਜ ਨੇ ਇੱਕ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ। ਪਰ ਹੁਣ ਸਮਾਂ ਹੀ ਐਸਾ ਆ ਗਿਆ, ਅੱਗੇ ਬੀਬੀਆਂ ਦੀ ਰਾਤੇ ਉੱਠਦੀਆਂ, ਹੱਥੀ ਮੱਖਣ ਕੱਢਦੀਆਂ ਤੇ ਨਾਲ ਸਤਨਾਮ ਵਾਹਿਗੁਰੂ ਕਰਦੀਆਂ, ਤੇ ਹੁਣ ਨਵੀਆਂ। ਹੁਣ ਸਮਾਂ ਥੋੜਾ ਗੰਭੀਰ ਜਿਹਾ ਹੀ ਆ, ਕਹਿਣਾ ਵੀ ਪੈਂਦਾ ਡਰ ਕੇ ਹੀ। ਕੋਈ ਇੱਕ ਜਗ੍ਹਾ ਇੱਕ ਸਿੰਘ ਨੂੰ ਮੈਂ ਕਹਿ ਬੈਠਾ, ਹੁਣ ਤੁਸੀਂ ਆਪਣੇ ਦਿਨਾਂ ਕੋਈ ਲਾ ਲਿਓ, ਸਹਿ ਸਵਾਈ ਬਚਣਿਆ।
ਉਹਨੇ ਬਾਬਾ ਹੀ ਉਹਦੀ ਉਮਰ ਬਾਬਾ ਹੀ ਜ਼ਿਆਦਾ ਸੀ ਤੇ ਉਹ ਕਾਲੀ ਜੀ ਕਰੀ ਫਿਰੇ ਦਾੜੀ ਕਹਿੰਦਾ ਕੀ ਹੋ ਗਿਆ ਤੈਨੂੰ ਦਿਸਦਾ ਬਜ਼ੁਰਗ ਜਿਹਾ ਹੋਇਆ ਵੀ ਚਿੱਟੇ ਹੀ ਰਹੇ ਨੇ ਕਹਿੰਦਾ ਜੀ ਮੈਂ ਤੇ ਬਥੇਰਾ ਅੜਿਆ ਮੈਂ ਤਾਂ ਬਥੇਰਾ ਲੜਿਆ ਮੇਰੀ ਘਰਵਾਲੀ ਨੀ ਮੰਨੀ ਘਰਵਾਲੀ ਕਹਿੰਦੀ ਤੂੰ ਮੇਰੇ ਨਾਲ ਤੁਰਿਆ ਜਾਂਦਾ ਬੁੱਢਾ ਜਿਹਾ ਲੱਗਦਾ ਤੇ ਮੈਂ ਕਿਹਾ ਹੁਣ ਪੱਪੂ ਜਿਹਾ ਬਣ ਗਿਆ ਹੁਣ ਤੇ ਜੰਗ ਹੁਣ ਤੇ ਨੌਜਵਾਨ ਲੱਗਦਾ ਕਹਿੰਦਾ ਜੀ ਹੁਣ ਕੀ ਕਰੀਏ ਇਹ ਸੱਚਾਈ ਦੇ ਬੀਬੀ ਉਹ ਭੈਣੋ ਇਹ ਕਿਰਪਾ ਕਰਿਆ ਕਰੋ ਅਕਾਲੀ ਬਾਬਾ ਫੂਲਾ ਸਿੰਘ ਨੂੰ ਚੇਤੇ ਕਰਦੇ ਨਾ ਵੀ ਜਥੇਦਾਰ ਓਦਾਂ ਦਾ ਚਾਹੀਦਾ ਉਹਨੇ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਉਹ ਕਾਲਾ ਕਰਦਾ ਪੱਕੇ ਨੂੰ ਸੁਣ ਕੇ ਕਾਣੇ ਧੱਕੇ ਨੂੰ ਕਿਉਂ ਕਾਲਾ ਕਰਦਾ ਪੱਕੇ ਨੂੰ ਓੜਕ ਨੂੰ ਜਦ ਰਾਣਿਆ ਮਰਨਾ ਏ ਫਿਰ ਮੂੰਹ ਕਾਲਾ ਕਿਉਂ ਕਰਨਾ ਏ ਫਿਰ ਮੂੰਹ ਤੇ ਕਾਲਕ ਨੂੰ ਕਿਉਂ ਮਰਨਾ ਏ ਜਾਣੇ ਨੂੰ ਜਾਣੇ ਹੋ ਜਾਂਦਾ ਕੋਈ ਗੱਲ ਨਹੀਂ ਪਰ ਓਦਾਂ ਦੇ ਰਹੀਏ ਇਹਦੇ ਵਿੱਚ ਏਦਾਂ ਦਾ ਭੈੜਾ ਕਿਵੇਂ ਕਰ ਏ ਉਹ ਤੁਹਾਡੇ ਰੂਮਾਂ ਦੇ ਜ਼ਰੀਏ ਅੰਦਰ ਜਾਂਦਾ ਕੈਂਸਰ ਵਰਗੀ ਭੈੜੀ ਬਿਮਾਰੀ ਲਾਉਣ ਦਾ ਵੀਰੋ ਸਾਡੇ ਭਰਾ ਮਹਾਰਾਜ ਨੇ ਕਿਰਪਾ ਕੀਤੀ ਆ ਚਿੱਟੇ ਤਾਰੇ ਵੀ ਕਿਉਂ ਨਾ ਹੋ ਜਾਣ ਜੇ ਮਰਦ ਅੰਮ੍ਰਿਤ ਪੀਤਾ ਹੋਵੇ ਨਾਮ ਜਪੇ ਬੰਦਾ ਚਿਹਰਾ ਤੱਕਦਾ ਹੀ ਰਹਿੰਦਾ ਅਸਾਧੂ ਬੁੱਢੇ ਵੀ ਹੋ ਜਾਂਦੇ ਉਹਨਾਂ ਵੱਲ ਦੇਖਣ ਤੋਂ ਮਨ ਕਿਤੇ ਕੰਨੀ ਕਤਰਾਉਂਦਾ ਦਿਲ ਕਰਦਾ ਵੇਖੀ ਜਾਈਏ ਵੇਖੀ ਜਾਈਏ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿੰਨੇ ਦਾਗ ਸੀ ਉਹਨਾਂ ਦੇ ਮੁਖੜੇ ਤੇ ਪਰ ਚਿਹਰੇ ਤੋਂ ਨਜ਼ਰਾਂ ਨਹੀਂ ਸੀ ਹਟਦੀਆਂ ਨਾਮ ਦਾ ਅਸਰ ਇੱਕ ਬੇਨਤੀ ਜੇ ਪਿਆਰ ਵਿੱਚ ਰਹੋ ਆਦਮ ਵਿੱਚ ਰਹੋ ਸਤਿਕਾਰ ਵਿੱਚ ਰਹੋ ਅੱਜ ਪੰਥ ਨੂੰ ਲੋੜ ਆ ਪੰਥ ਦੇ ਬਣ ਕੇ ਰਹੋ ਚੜ੍ਹਦੀਆਂ ਗੱਲਾਂ ਦੇ ਵਿੱਚ ਤੁਸੀਂ ਬੈਠੇ ਹੋ ਮਹਾਰਾਜ ਸਾਰਿਆਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਅੱਗੇ ਵੀ ਚੇਤੇ ਰੱਖਿਆ ਜੇ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਹੁੰਦੀ ਹੋਰ ਹੋਣਗੇ ਕਈ ਰਹਿ ਗਏ ਹੋਣਗੇ ਨਹੀਂ ਆ ਸਕੇ ਹੋਣਗੇ ਇਹ ਮਤਾਂ ਭੁਲੇਖਾ ਖਾਇਓ ਵੀ ਉਹਨਾਂ ਨੇ ਸੌਂ ਕੇ ਕਿਤੇ ਸੁੱਖ ਪਾ ਲਿਆ ਉਹਨਾਂ ਨੇ ਆਪਣੇ ਸਵਾਸ ਅਜਾਈ ਗਵਾ ਲਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਦੇ ਵਿੱਚ ਆਉਣ ਵਾਲਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੋ ਤਰਿਆ ਡਰ ਜਾਂਦੇ ਨੇ ਉਹ ਡਰ ਜਾਂਦੇ ਭਵ ਸਾਗਰ ਨੂੰ ਸੰਗਤ ਵਿੱਚ ਆਉਂਦੇ ਜੋ ਡਰ ਜਾਂਦੇ ਭਵ ਸਾਗਰ ਨੂੰ ਸੰਗਤ ਵਿੱਚ ਆਉਂਦੇ ਜੋ ਡਰ ਜਾਂਦੇ ਭਵ ਸਾਗਰ ਨੂੰ ਸਾਰੇ ਵੀਰਾਂ ਨੂੰ ਸਾਰੇ ਬਜ਼ੁਰਗਾਂ ਨੂੰ ਸਾਰੇ ਬੱਚੇ ਬੱਚੀਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਨਗਰ ਪੰਚਾਇਤ ਨੂੰ ਵਧਾਈ ਦੇਣੇ ਆ ਬਿਨ ਭਾਗਾਂ ਕਿਸ ਪਾਈਏ ਨਾ ਹੀ ਇਹ ਚੰਗੇ ਭਾਗ ਸੀ ਤੁਹਾਡੇ ਸਾਡੇ ਤਾਜ਼ਾ ਸਮਾਂ ਬਣਿਆ ਨਹੀਂ ਤੇ ਸਾਡੇ ਕੋਈ ਸਮਾਂ ਨਹੀਂ ਹੁੰਦਾ ਇੱਕ ਕੋਈ ਮਾਈ ਨਾ ਉਹਦਾ ਨਾਂ ਬਚਨ ਕੌਰ ਪਰ ਅੜਬ ਬੜੀ ਸੀ ਸੰਤ ਚੱਲੇ ਸੱਚਖੰਡ ਨੂੰ ਕਿਹੜਾ ਚੰਗਾ ਬਚਨ ਕੌਰ ਅਸੀਂ ਚੱਲੇ ਸੱਚਖੰਡ ਕਹਿੰਦੀ ਸੰਤ ਜੀ ਕੱਲਿਆਂ ਨੂੰ ਨੀ ਮੈਂ ਜਾਣ ਦਿੰਦੀ ਮੈਂ ਤਾਂ ਤੁਹਾਡਾ ਬਵਾਨ ਧੂ ਲੈਣਾ ਜਾਂ ਬਵਾਨ ਨਾਲ ਚੁੰਬੜ ਜਾਣਾ ਮੈਂ ਨੀ ਜਾਣ ਦਿੰਦੀ ਉਹਨਾਂ ਦੇ ਚੰਗਾ ਤੇਰੀ ਮਰਜ਼ੀ ਜਿੱਦਾਂ ਕਰਨਾ ਕਰ ਲਈ ਉਹਨੇ ਜਾਨ ਛਡਾਈ ਇਹਨਾਂ ਕਿਹੜਾ ਖੇਪੜੀ ਜਾਵੇ ਕਿਹੜਾ ਪੈਂਸੀ ਜਾਵੇ ਬਵਾਨ ਆ ਗਿਆ ਸਮਝਾਉਣ ਵਾਸਤੇ ਗੱਲਾਂ ਦੀਆਂ ਤੇ ਮਾਈ ਨੇ ਘੁੱਟ ਕੇ ਪਾਵਾ ਫੜ ਲਿਆ ਵਿੱਚ ਤੇ ਚੜ੍ਹ ਨਾ ਦਿੱਤੀ ਪਾਵਾ ਹੀ ਫੜ ਲਿਆ ਹੁਣ ਲਮਕੀ ਜਾਂਦੀ ਏ ਤੇ ਇਹਨੇ ਨੂੰ ਕੋਲੋਂ ਕੋਈ ਹੋਰ ਲੰਘਿਆ ਕਹਿੰਦਾ ਧੰਨ ਸੰਤ ਧੰਨ ਸੰਤਾਂ ਦੀ ਕਮਾਈ ਆਪ ਤੇ ਸੰਤ ਤਰੇ ਨਾਲ ਮਾਈ ਵੀ ਤਰਾਈ ਤੇ ਮਾਈ ਵੀ ਤਰਾਈ ਤੇ ਮਾਈ ਨੂੰ ਚੇਤੇ ਆ ਗਈ ਗੱਲ ਕਹਿੰਦੇ ਸੁਣ ਵੇ ਭਾਈ ਕਿਹੜਾ ਸਾਧ ਤੇ ਕਿਹੜਾ ਸਾਧ ਦੀ ਕਮਾਈ ਇਹਨੇ ਕਰਨੀ ਸੀ ਸੱਤਾ ਚੁੱਲਿਆਂ ਦੀ ਸਵਾਹ ਕਮਾਈ ਜੇ ਇਹਨੂੰ ਇੰਨੀ ਇੰਨੀ ਮੱਖਣੀ ਮੈਂ ਨਾ ਹੁੰਦੀ ਖਵਾਈ ਇੰਨੀ ਇੰਨੀ ਮੱਖਣੀ ਉਹ ਜਦੋਂ ਇੰਨੀ ਇੰਨੀ ਕੀਤਾ ਹੱਥ ਛੁੱਟ ਗਏ ਤੇ ਮਾਈ ਥੱਲੇ ਸੱਚਖੰਡ ਜਾਂਦੀ ਜਾਂਦੀ ਰਹਿ ਗਈ ਬਿਨ ਭਾਗਾਂ ਤੋਂ ਨਹੀਂ ਮਿਲਦਾ ਨਹੀਂ ਜਾ ਸਕਦਾ ਤੇ ਸੰਗਤ ਆ ਜਿਹੜਾ ਬੰਦਾ ਸੰਗਤ ਵਿੱਚ ਆ ਜਾਂਦਾ ਬਕੁੰਠ ਜੀ ਆ ਜਾਂਦਾ ਹੈ ਸੰਗਤ ਜੀ ਸਾਨੂੰ ਮਾਰਨ ਲਈ ਸਾਨੂੰ ਸਤਸੰਗ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਨੇ ਵੀ ਇਹ ਨਾਮ ਨਾ ਜਪਣ ਇਹ ਭਜਨ ਨਾ ਕਰਨ ਇਹ ਪੰਥ ਲਈ ਖੜਨ ਨਾ ਇਹ ਪੰਥ ਲਈ ਲੜਨ ਨਾ ਇਹ ਪੰਥ ਲਈ ਮਰਨ ਨਾ ਵਾਰ ਵਾਰ ਵਿਰੋਧੀਆਂ ਚਾਲ ਚੱਲੀ ਵਾਰ ਵਾਰ ਸਿੱਖ ਕੌਮ ਤੇ ਵਾਰ ਹੋਇਆ ਉਹ ਕਦੇ ਸਾਡੀ ਕਿਰਪਾ ਤੇ ਰੋਕ ਲੱਗੀ ਕਦੇ ਸਾਡੀ ਦਸਤਾਰ ਤੇ ਵਾਰ ਹੋਇਆ ਕਈ ਤਸਮ ਦੀ ਬਾਣੀ ਨੂੰ ਨਿੰਦ ਦੇ ਨੇ ਕਦੇ ਆਸਾ ਦੀ ਵਾਰ ਤੇ ਵਾਰ ਹੋਇਆ ਜਿੱਥੋਂ ਲੈਂਦੀ ਆ ਰੋਸ਼ਨੀ ਕੁੱਲ ਦੁਨੀਆ ਉਸ ਰੋਸ਼ਨ ਮਨਾਰ ਤੇ ਵਾਰ ਹੋਇਆ ਪਰ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਸੱਚ ਕਹਿੰਦੇ ਹਾਂ ਧਰਮ ਦੀ ਮਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਰਥ ਦੇ ਨਾਲ ਮਰਨਾ ਪਿਆ
ਅਜੇ ਸ਼ਸਤਰਧਾਰੀ ਅਜੇ ਸ਼ਸਤਰਧਾਰੀ ਸੂਰੇ ਤੁਹਾਨੂੰ ਨਹੀਂ ਕਿਸੇ ਦੇ ਮੂਹਰੇ ਅਜੇ ਸ਼ਸਤਰਧਾਰੀ ਸੂਰੇ ਤੁਹਾਨੂੰ ਨਹੀਂ ਕਿਸੇ ਦੇ ਮੂਹਰੇ ਆਏ ਅਸੀਂ ਚੱਲਦੇ ਕਿਸੇ ਦਾ ਨਹੀਂ ਖੰਗੂਰਾ ਤੇ ਕੁਝ ਮਤਲਬ ਕਹਿਣਾ ਨਾ ਕੱਟੇ ਵਰਗ ਮੜ ਕੇ ਨਾਲ ਵਰਗ ਮੜ ਕੇ ਨਾਲ ਵਰਗ ਮੜ ਕੇ ਨਾਲ ਜੀ ਕਿਸੇ ਤੋਂ ਡਰਦਾ ਰਹਿਣਾ ਨਾ ਮੜਕਣਾ ਜੀ ਕਿਸੇ ਤੋਂ ਡਰਦਾ ਰਹਿਣਾ ਨਾ ਜਗ ਤੇ ਰਗ ਮੜਕਣਾ ਜੀ ਕਿਸੇ ਤੋਂ ਡਰਕੇ ਰਹਿਣਾ ਨਾ ਲੋ ਖਾਲਸਾ ਜੀ ਵੀਰ ਜੀ ਵੀ ਕਹਿੰਦੇ ਵੇ ਸੰਤਾਰੀ ਸੁਣਾਓ ਨੌਜਵਾਨਾਂ ਦਾ ਵੀ ਹੁਕਮ ਸੀ ਯਾਦ ਰੱਖਿਓ ਤਸਵੀਰਾਂ ਪਤਾ ਕਿਹਦੀਆਂ ਵਿਕਦੀਆਂ ਤੇ ਤਸਵੀਰਾਂ ਭੈ ਕਿਹਨਾਂ ਦੀਆਂ ਦਿਨੀਆਂ ਮਰਦਾਂ ਦੀਆਂ ਮੁਰਦੇ ਬੰਦੇ ਤੋਂ ਕੋਈ ਡਰਦਾ ਹੁੰਦਾ ਕੋਈ ਨੀ ਡਰਦਾ ਮੁਰਦੇ ਤੋਂ ਜਿਉਂਦੇ ਤੋਂ ਨੀ ਡਰਦਾ ਫੋਟੋ ਤੋਂ ਉਹਦੇ ਤੋਂ ਕਿਸੇ ਨੇ ਕੀ ਡਰਨਾ ਕੋਈ ਡਰਦਾ ਹੈ ਬੰਦੂਕਾਂ ਤੋਂ ਕੋਈ ਡਰਦਾ ਹੈ ਸ਼ਮਸ਼ੀਰ ਤੋਂ ਤੇ ਕੋਈ ਡਰਨਾ ਬਾਬੇ ਦੇ ਤੀਰ ਤੋਂ ਉਹ ਇੰਗਲੈਂਡ ਜਦੋਂ ਲਾਈ ਨਾ ਵੱਡੀ ਤਸਵੀਰ ਮੇਰੇ ਬੀਜੇ ਬੂਜੇ ਸਭ ਰੱਦ ਕਰਦੇ ਇੱਥੋਂ ਦੀ ਸਰਕਾਰ ਆਹਦੇ ਬਈ ਕੰਮ ਜ਼ਿਆਦਾ ਗਰਮ ਕਰਦਾ ਵਾ ਕੀ ਹੋਇਆ ਕਹਿੰਦੇ ਤੀਰ ਵਾਲੀ ਫੋਟੋ ਵਿਖਾਤੀ ਸੰਤ ਜੀ ਜੇ ਦਿਖਾਉਣੀ ਸੀ ਅੱਖਾਂ ਮੀਟੀ ਵਾਲੀ ਕੋਈ ਮਾਲਾ ਫੇਰਦੇ ਸੀ ਦਿਖਾਉਂਦੇ ਉੱਥੋਂ ਦੀ ਇੱਕ ਕੋਰੀ ਉਹ ਕਹਿੰਦੀ ਉਹ ਫੋਟੋ ਮੈਂ ਵੀ ਵੇਖੀ ਆ ਉਹ ਜਦੋਂ ਬਾਬਾ ਅੱਖਾਂ ਕੱਢਦਾ ਤੇ ਉਹ ਤੀਰ ਵਿਖਾਉਂਦਾ ਨਾ ਤੇ ਤਾਂ ਲੱਗਦਾ ਫੋਟੋ ਚੋਂ ਨਿਕਲ ਕੇ ਹੀ ਆ ਜਾਣਾ ਮੈਂ ਕਿਹਾ ਤਾਈ ਤੇ ਲਾਈ ਹੈ ਕਿਉਂਕਿ ਕਹਿੰਦੇ ਪੋਸਟਰ ਪਾੜੇਗੇ ਕਿਸੇ ਕਿਹਾ ਵੀ ਸੂਰੀ ਸਾਹਿਬ ਪਾੜੇ ਨੀ ਕਹਿੰਦਾ ਯਾਰ ਪਾੜਨ ਗਏ ਸੀ ਜਦੋਂ ਪਾੜਨ ਲਈ ਹੱਥ ਅੱਗੇ ਵਧਾਇਆ ਨਾ ਏਦਾਂ ਲੱਗਾ ਵੀ ਬਾਬਾ ਪਿੱਛੋਂ ਨਿਕਲ ਗਿਆ ਪੱਖੀ ਵਿੱਚ ਤੀਰ ਲਗਾਈ ਖੋਭਣ ਜਾਨ ਭੱਜ ਕੇ ਬਚਾਉਣੀ ਹੋਈ ਸ਼ਹੀਦਾਂ ਦੇ ਸੱਚਮੁੱਚ ਪਹਿਰੇ ਹੁੰਦੇ ਨੇ ਆ ਜਿਹੜੇ ਕਹਿੰਦੇ ਸ਼ਹੀਦ ਸ਼ੋਭਦ ਹੁੰਦੇ ਨਹੀਂ ਨਾ ਕੋਈ ਨੀ ਪੁੱਤ ਕਿਤੇ ਹੋ ਗਿਆ ਦਰਸ਼ਨ ਲੱਗ ਜੂ ਪਤਾ ਵੀ ਹੁੰਦੇ ਕਿ ਨਹੀਂ ਪਰ ਜਦੋਂ ਦਿਸੇ ਜਦੋਂ ਉਹਨਾਂ ਨੇ ਫੜਕਾਇਆ ਸ਼ਹੀਦਾਂ ਦੀ ਖੇਡ ਤੇ ਵਧੀਆ ਕਿਸੇ ਉਹੋ ਜਿਹਾ ਤੁਰਲ ਪੁਰਲ ਦੇ ਅੜਕੇ ਆ ਗਏ ਉਹੀ ਰਗੜ ਕੇ ਰੱਖ ਦੂ ਤੁਹਾਨੂੰ ਨਾ ਲਿਆ ਕਰੋ ਆਡੇ ਸ਼ਹੀਦਾਂ ਦੇ ਨਾਲ ਆਡੇ ਨਹੀਂ ਲਈਦੇ ਕਿਉਂਕਿ ਸ਼ਹੀਦਾਂ ਦੀ ਬਸਤੀ ਇਹ ਬਣਦੀ ਨੀ ਸਸਤੀ ਇਹ ਬਣਦੀ ਹੈ ਤਾਂਹੀਓ ਬਟਾਈਏ ਜੇ ਹਸਤੀ ਇਸ ਹਸਤੀ ਨੂੰ ਮਿਲਦਾ ਰੁਤਬਾ ਨਰਾਲਾ ਰੁਤਬੇ ਦੇ ਅੰਦਰ ਕਿਰਤ ਦੀ ਬਾਲਾ ਮਾਲਾ ਦੇ ਮਣਕੇ ਨਹੀਂ ਹੁੰਦੇ ਬਾਜ਼ਾਰੀ ਖੀਰ ਦਾ ਕੋਈ ਸੱਚਾ ਵਪਾਰੀ ਵਪਾਰੀ ਵੀ ਉਹ ਸੌਦਾ ਕਰਦਾ ਜੋ ਸੱਚਾ ਧੰਨ ਬਾਬੇ ਦੀਪ ਸਿੰਘ ਵਰਗਾ ਕੋਈ ਚੌਰੀ ਦਾ ਬੱਚਾ ਸੀਸ ਤਲੀ ਤੇ ਧਰਨ ਵਾਲਾ ਬੰਦ ਬੰਦ ਕਟਾਉਣ ਵਾਲਾ ਬਾਬੇ ਮਨੀ ਸਿੰਘ ਵਰਗਾ ਅਲੀ ਦਾ ਬੱਚਾ ਕੋਈ ਮੱਦੀ ਦਾ ਅਸਮਾਨ ਨੂੰ ਸਿਰ ਤੇ ਆਰਾ ਫਰਾਏ ਆਰਾ ਫਰਾਉਂਦਾ ਤੇ ਕੱਚ ਕੇ ਹਲਾਏ ਸੱਚ ਤੂੰ ਕਹਿੰਦੇ ਕਿੱਦਾਂ ਵੀ ਸਵਾਦ ਆਇਆ ਤੂੰ ਕਹਿੰਦੇ ਮੈਂ ਸਵਾਦ ਲੈਣਾ ਆਰਾ ਹੌਲੀ ਫੇਰਿਓ ਤੇ ਭਾਈ ਮਦੀ ਦਾਸ ਨੇ ਪਤਾ ਕੀ ਕਿਹਾ ਸੀ ਆਰਾ ਪਿਆਰਾ ਲੱਗਦਾ ਹੈ ਤੇਰਾ ਆਰਾ ਪਿਆਰਾ ਲੱਗਦਾ ਹੈ ਤੇਰਾ ਆਰਾ ਪਿਆਰਾ ਲੱਗਦਾ ਹੈ ਤੇਰਾ ਪੁਰਾਣੇ ਸਿੰਘ ਪੜ੍ਹਦੇ ਹੁੰਦੇ ਸੀ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਤੇ ਹੁਣ ਕਹਿੰਦੇ ਧਰਮ ਜਾਵੇ ਤਾਂ ਜਾਵੇ ਹਾਏ ਉਹ ਕੁਰਸੀ ਕਿਤੇ ਇੱਧਰ ਉੱਧਰ ਖਿਸਕ ਨਾ ਜਾਵੇ ਤੇ ਜਿਹੜੇ ਨੌਜਵਾਨ ਕਹਿੰਦੇ ਨੌਜਵਾਨ ਅਗਲੇ ਤੇ ਅੱਜ ਦੇ ਕਹਿੰਦੇ ਆ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਉਹਦੇ ਵਿੱਚ ਕਿਹਦੇ ਲਿਆਉਣੀ ਆ ਕਿ ਸੰਤਾਂ ਦੇ ਬੋਲਿਆ ਮੇਰੇ ਨੀ ਭੜਨਾ ਬਣਾ ਉਹਦੇ ਵਿੱਚ ਜਾਂ ਤਾਂ ਅਰਦਾਸਾ ਕਰੋ ਕਿ ਬੀਬੀਆਂ ਕਿ ਸਿੰਘ ਸਾਜਣ ਮਾਤਾ ਭਗ ਵਰਗੀਆਂ ਅੱਜ ਵੀ ਹੈਗੀਆਂ ਚਿੜਤ ਵਾਲੀਆਂ ਉਪਕਾਰ ਕੌਰ ਸ਼ਹੀਦ ਹੋਈ ਆ ਘੱਲੂ ਘਰ ਦੇ ਵਿੱਚ ਉਪਕਾਰ ਕੌਰ ਇੱਕ ਨਹੀਂ ਮੋਹਰ ਸਿੰਘ ਦੀ ਘਰ ਵਾਲੀ ਉਹ ਮੋਹਰ ਸਿੰਘ ਕੌਣ ਕਹਿੰਦਾ ਸੰਤ ਹਿੰਦੂਆਂ ਦਾ ਵਿਰੋਧੀ ਸੀ ਮੋਹਰ ਸਿੰਘ ਬ੍ਰਾਹਮਣਾਂ ਦਾ ਪੁੱਤੀ ਜੀ ਅੰਮ੍ਰਿਤ ਛਕ ਕੇ ਸਿੰਘ ਬਣਿਆ ਇੱਕ ਭੋਲੀ ਭੋਲੀ ਬ੍ਰਾਹਮਣਾਂ ਦਾ ਪੁੱਤ ਸੰਤਾਂ ਦੇ ਨਾਲ ਸ਼ਹੀਦ ਹੋਇਆ ਗੁਰਦਾਸਪੁਰ ਦੀ ਜੇਲ੍ਹ 'ਚ ਮੰਦਿਰ ਬਣਾਇਆ ਸੰਤਾਂ ਨੇ ਆ ਜਲਾਲਾਬਾਦ ਪੱਛਮੀ ਕੁੜੀ ਚੋਕੇ ਲੈ ਗਿਆ ਹਿੰਦੂਆਂ ਦੀ ਹਿੰਦੂਆਂ ਦਾ ਮੁੰਡਾ ਸੰਤਾਂ ਕੋਲ ਪਿਓ ਆ ਕੇ ਰੋਇਆ ਕਹਿੰਦੇ ਜਾ ਅਜੇ ਗੱਲ ਸੱਚੀ ਹੋਈ ਪੰਜ ਵੱਜਣ ਤੋਂ ਪਹਿਲਾਂ ਪਹਿਲਾਂ ਕੁੜੀ ਤੇਰੇ ਘਰ ਹੋਏਗੀ ਪੰਜ ਪੌਣੇ ਪੰਜ ਕੁੜੀ ਉਹਦੇ ਘਰ ਪਹੁੰਚਾ ਤੀ ਦੱਸੋ ਹੋਰ ਬਾਬਾ ਕੀ ਕਰਦਾ ਹਿੰਦੂਆਂ ਦਾ ਵਿਰੋਧੀ ਨਹੀਂ ਇੱਕ ਵਾਰੀ ਇੱਕ ਬੀਬੀ ਆਈ ਵੀ ਮੈਨੂੰ ਤੰਗ ਕਰਦੇ ਆ ਮੇਰੇ ਕੋਲੋਂ ਦਾਸ ਮੰਗਦੇ ਆ ਸੰਤ ਕਹਿੰਦੇ ਲਿਆਓ ਕੁੜਮ ਨੂੰ ਉਹਨੂੰ ਮੁੰਦੜਾ ਮੈਂ ਪਾਉਣਾ ਨਾਲੇ ਕੜਾ ਕੜਾ ਤੇ ਨਾਲੇ
ਗੱਡੀ ਚੰਗੀ ਚੜਾ ਜੇ ਗੱਡੀ ਨਾਲ ਬੜੀ ਘੁੜਕੇ ਦੇ ਤਾਂ ਬਿਠਾਉਣ ਨਾ ਦਿਓ। ਉਹ ਸਹੁਰਾ ਵੀ ਚੁੱਕ ਲਿਆਂਦਾ ਸੀਗਾ ਨੇ ਤੇ ਕਾਕਾ ਵੀ ਚੁੱਕ ਲਿਆਂਦਾ ਲੰਮੇ ਪੈ ਪੈ ਮੱਥਾ ਟੇਕਣ। ਸੰਤ ਕਹਿੰਦੇ ਕੀ ਕਰ ਦੇ ਜੇ ਬ੍ਰਹਮ ਗਿਆਨੀ ਨੂੰ ਚੰਡਾ ਉਹ ਤੇ ਕਰੀ ਦੀ ਆ। ਸੰਤ ਕਹਿੰਦੇ ਕੌਣ ਕਹਿੰਦਾ ਬ੍ਰਹਮ ਗਿਆਨੀ ਮੈਂ ਓਏ ਓਏ ਝੂਠ ਨਾ ਬੋਲੋ ਬਾਕੀ ਗੱਲਾਂ ਛੱਡੋ ਕੁੜੀ ਵੇਖ ਲਾਲਾ ਕੁੜੀ ਵੇਖ ਜਦੋਂ ਲੜਕੀ ਵੱਲ ਵੇਖਿਆ ਨਾ ਉਹਦੀ ਨਹੁੰ ਸੀ ਹੁਣ ਜਿਹੜਾ ਨਹੁੰ ਬਣਾਉਣ ਨੂੰ ਤਿਆਰ ਨਹੀਂ ਸੀ ਨਾ ਹੈ ਕਿਤੇ ਲੈ ਲੈ ਮੈਂ ਤੇ ਮੇਰੇ ਬੀਬਾ ਪੁੱਤ ਤੇ ਮੇਰੀ ਸਿੰਧੀ ਧੀ ਆ। ਸੰਤ ਕਹਿੰਦੇ ਲਾਲਾ ਤੇਰੀ ਧੀ ਨਹੀਂ ਮਾਰਗ ਤੁਲੀ ਨੇ ਲਿਖੀ ਹੈ ਗੱਲ ਮਾਰਗ ਤੁਲੀ ਪਾਛਮ ਦਾ ਵੱਡਾ ਵਿਦਵਾਨ ਜੇ ਯਹੂਦੀਆਂ ਚ ਹੋਇਆ ਹੈ ਬਹੁਤ ਚੋਟੀ ਦਾ ਬੀਬੀਸੀ ਲੰਡਨ ਦਾ ਪੱਤਰਕਾਰ ਸਤੀਸ਼ ਜੈਕਬ ਉਹ ਹਿੰਦੂ ਭਰਾਇਆ ਉਹਨੇ ਉਹ ਲੱਥਾ ਕੀਤਾ ਉਹ ਲਿਖਦੇ ਆ ਵੀ ਸੰਤਾਂ ਨੇ ਥਾਲ ਭਰ ਕੇ ਕੀ ਕਰਤਾ ਲਾਲਾ ਜੀ ਚੁੱਕ ਲਓ ਇਹ ਤੇਰੀ ਧੀ ਨਹੀਂ ਇਹ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਧੀ ਆ। ਮੈਂ ਆਪਣੀ ਧੀ ਨੂੰ ਦਿੰਦਾ ਆਪਣੇ ਲਈ ਪੰਜੀ ਨੀ ਵਰਤੀ ਪਰਿਵਾਰ ਨੂੰ ਆਪਣੇ ਪੁੱਤਾਂ ਨੂੰ 5 ਰੁਪਈਏ ਨੀ ਕਦੇ ਦਿੱਤੇ ਤੇ ਤੈਨੂੰ ਦਿੰਦਾ ਚੁੱਕ। ਉਹ ਲਾਲਾ ਨੇ ਚੁੱਕੇ ਨੀ ਕਿਸੇ ਪੁੱਛਿਆ ਲਾਲਾ ਜੀ ਚੁੱਕ ਲੈਂਦੇ ਜੇ ਲੋੜ ਸੀ ਕਹਿੰਦਾ ਆਹੋ ਮੈਂ ਧਨ ਚੁੱਕਦਾ ਮੈਨੂੰ ਚੁੱਕ ਦਿੰਦੇ ਇਹ ਕਿਹੜਾ ਮੂਰਤ ਕਦਮ ਰਿਹਾ ਇਹਨੇ ਘੋੜਾ ਦੁੱਬਣਾ ਸੀ ਬੋਲੋ ਜੀ ਰੰਗ ਸੱਤ ਹੋ ਜਾਣੀ ਸੀ। ਖੈਰ ਸਕੇ ਜੀ ਸੰਤ ਕਹਿੰਦੇ ਲਾਲਾ ਜੀ ਬੱਚਨ ਪੱਕਾ ਧੀ ਬਣਾ ਕੇ ਰੱਖੋਗੇ ਕਹਿੰਦਾ ਜੀ ਸੌਂ ਲੱਗੇ ਸੰਤ ਕਹਿੰਦੇ ਸੌਂ ਸੌਂ ਤੇ ਵਿਸ਼ਵਾਸ ਨੀ ਕਰਦੇ ਬਚਨ ਪੱਕਾ ਕਰ ਕਹਿੰਦਾ ਜੀ ਬਚਨ ਕਰਦਾ ਮੈਂ ਧੀ ਬਣਾ ਕੇ ਰੱਖੂ। ਉਹ ਨਾਲੀ ਕਾਕਾ ਬੈਠਾ ਸੀ ਜਿਹਦਾ ਕੁੜੀ ਵਿਆਹੀ ਹੋਈ ਸੀ ਸੰਤ ਕਹਿੰਦੇ ਹਾਂ ਵੀ ਕਾਕਾ ਤੂੰ ਵੀ ਦੱਸ ਤੇਰਾ ਕੀ ਖਿਆਲ ਹੈ ਤੂੰ ਕਿਸ ਤਰ੍ਹਾਂ ਰਹਿਣਾ। ਉਹ ਇੰਨਾ ਘਬਰਾ ਗਿਆ ਨਾ ਉਹ ਉੱਠਿਆ ਕਰੇ ਠਿਕਿਆ ਕਰੇ ਉੱਠ ਕੇ ਕਹਿੰਦਾ ਕਹਿੰਦਾ ਬਾਬਾ ਜੀ ਬਾਬਾ ਜੀ ਬਾਬਾ ਜੀ ਮੈਂ ਵੀ ਜੀ ਮੈਂ ਵੀ ਜੀ ਸੌਂ ਖਾ ਕੇ ਕਹਿੰਦਾ ਅੱਜ ਤੋਂ ਭੈਣ ਬਣਾ ਕੇ ਰੱਖੋ। ਸੰਤ ਕਹਿੰਦੇ ਤੇਰਾ ਪੀੜਾ ਪੈ ਜਾ ਤੇ ਘਰ ਵਾਲੀ ਤੇਰੀ ਹੋਏ ਕਹਿੰਦਾ ਸੰਤ ਜੀ ਭੈਣ ਹੀ ਆ ਜੀ ਭੈਣ ਬਣਾਈ ਆ ਜੀ ਹੁਣ ਪੱਕਾ ਭਾਵੇਂ ਇੱਥੇ ਹੀ ਰੱਖੜੀ ਬਣਾ ਦਿਓ। ਸੰਤ ਕਹਿੰਦੇ ਮਾਰਾ ਗਿਆ ਕਿ ਚੀਜ਼ ਕਿਧਰੇ ਕਿੱਧਰ ਨੂੰ ਤੁਰ ਪਿਆ ਇਹ ਰਿਸ਼ਤੇ ਗੇਦਾਂ ਦੇ ਘਰ ਵਾਲੀਆਂ ਤੋਂ ਡਰਦੇ ਕਈ ਆ ਜਾਣੇ ਮੇਰੇ ਕੋਲ ਵੀ ਸਾਡੇ ਨਾਲ ਵੀ ਆ ਰਿਸ਼ਤਾ ਹੈ ਓਏ ਚੁੱਪ ਇਹਦੇ ਨੀ ਬੋਲਣਾ ਉੱਚੀ ਉੱਚੀ ਰੋਇਆ। ਸੰਤ ਕਹਿੰਦੇ ਕਮਲਿਆ ਸੁੱਖਾਂ ਵਿੱਚ ਵੱਸ ਤੈਨੂੰ ਆਪਣਾ ਪੁੱਤ ਬਣਾਉਣੇ ਆ ਸਾਡੀ ਧੀ ਆ ਪਰ ਏਦਾਂ ਦਾ ਬਾਬਾ ਉਹ ਵਿਰੋਧੀ ਹੋ ਸਕਦਾ ਸੀ ਇਹ ਤੇ ਸਰਕਾਰਾਂ ਨੇ ਛਾਣ ਬੁੱਝ ਕੇ ਉਹਦੇ ਮੱਥੇ ਕੀ ਕੁਝ ਮੜਿਆ ਆਪਣਿਆਂ ਨੇ ਵੀ ਬਦਨਾਮ ਕੀਤਾ ਮੁੱਖ ਮੰਤਰੀ ਉਹਨੂੰ ਬਣਾਉਂਦੇ ਸੀ ਨਹੀਂ ਬਣਿਆ ਚੀਫ ਮਿਨਿਸਟਰ ਬਣ ਜਾ ਬਾਹਰ ਦੇ ਮੁਲਕ ਚੱਲ ਜਾ ਜਿੰਨੇ ਸਾਥੀ ਲਿਜਾਣੇ ਲੈ ਜਾ ਜਿੰਨਾ ਧਨ ਚਾਹੀਦਾ ਲੈ ਲਾ ਆ ਛੁੱਪੀ ਦੀ ਨੋਕ ਤੇ ਸਭ ਕੁਝ ਠੁਕਰਾ ਕੇ ਉਹ ਮਰਦ ਕੱਜਿਆ ਪ੍ਰੇਮੀ ਸਦੀ ਦਾ ਮਰਦ ਜਮਰਾ ਸੁਰਾ ਬੱਬਰ ਸ਼ੇਰ ਜੈ ਦਰਦ ਨਕਾਰ ਉਸਦੀ ਇੱਕ ਤਾਣ ਕੇ ਹਕਾਰੀ ਜਦੋਂ ਖੜਿਆ ਮਾਲਵੇ ਦਾ ਜੰਮਿਆ ਯੋਧਾ ਆ ਪੈਰੀ ਕਦੋਂ ਤੋਂ ਬਣੀ ਸਰਕਾਰ ਉਸਦੀ ਇਹ ਨਾ ਮੰਨੀ ਨਾ ਕਿਸੇ ਦੀ ਸੂਰਮੇ ਦੇ ਸਦਾ ਫੜਕਦੀ ਖੜਕਦੀ ਫੜਕਦੀ ਲਈ ਬੰਗਾਲ ਉਸਦੀ ਆ ਮੋਰਾ ਵਾਲੀਏ ਭਰੇ ਦੀਵਾਨਾ ਅੰਦਰ ਐਵੇਂ ਨਹੀਂ ਆ ਕਰਦ ਕੇ ਤੋੜਦੇ ਆ ਬਾਰਸ ਦੀ ਕਿਉਂ ਗਾਉਂਦੇ ਆ ਕਿਉਂਕਿ ਲੰਮੀਆਂ ਲੰਮੀਆਂ ਬਾਹਾਂ ਵਾਲਾ ਇੱਕੋ ਹੀ ਲੰਮੀਆਂ ਲੰਮੀਆਂ ਬਾਹਾਂ ਵਾਲਾ ਛੀਣੀ ਮਾਤਾ
तो अपने समय के नित अवतार ने खालसा जी वे वे दर्जा के फौज के रुख वेख के पर मर्द अंतले सह ते गजदा ही रहा। एक नारा उन्हें लाया से लवा के मैं समाप्ति लगा करना क्योंकि दिने रात समागम चलते बाबा समा आप जी के जोड़े चाड़े ने घंटा डेढ़ को घंटा ही लाई था अजकल क्योंकि समागम बहुत ज्यादा जोर है सवेरे फिर शामी फिर खुशे ले लेने खुशे जल्दी ना ही बख्श देने आप जी को बड़ी देर से पहला ता ही आए कि आप सब मिल के लिया जाए। साउंड वाले का धन्यवाद वीडियो वाले मीडिया वाले निहंग सिंह भचंग सिंह बाबा सुधा सिंह जी।